ਸਾਡੇ ਗੁਰਦਾਸਪੁਰ ਥਾਣੇ ਦੀ ਇੱਕ ਖੁਸ਼ਕਿਸਮਤੀ ਹੈ ਕਿ ਇੱਕ ਸਾਡੇ ਹਾਕੀ ਦੇ ਜਿਹੜੀ ਨੈਸ਼ਨਲ ਗੇਮ ਹੈ ਇੰਡੀਆ ਦੀ, ਉਹਨਾਂ ਦੇ ਜਿਹੜੇ ਕੋਚ ਸਾਹਿਬ ਨੇ ਉਹ ਸਾਡੇ ਕੋਲ ਆਏ ਨੇ। ਔਰ ਤੁਸੀਂ, ਤੁਹਾਨੂੰ ਵੀ ਪਤਾ ਕਿ ਹਾਕੀ ਦੇ ਬਹੁਤ ਸਾਰੀਆਂ ਅੱਜ ਕੱਲ੍ਹ ਫਿਲਮਾਂ ਵੀ ਬਣ ਰਹੀਆਂ, ਹਾਕੀ ਨੂੰ ਵੀ ਪ੍ਰਮੋਟ ਕੀਤਾ ਜਾ ਰਿਹਾ, ਜਿੱਥੇ ਕ੍ਰਿਕਟ ਇੰਨਾ ਜ਼ਿਆਦਾ ਪ੍ਰਮੋਟ ਹੁੰਦਾ ਉੱਥੇ ਹਾਕੀ ਵੀ ਪ੍ਰਮੋਟ ਹੋ ਰਹੀ ਹੈ। ਅਤੇ ਮੈਂ ਕੋਚ ਸਾਹਿਬ ਤੁਹਾਡੇ ਨਾਲ ਕੁਛ ਗੱਲਾਂ ਸ਼ੇਅਰ ਵੀ ਕਰਨੀਆਂ ਔਰ ਸਿੱਖਣੀਆਂ ਵੀ ਹੈ। ਸ਼ੇਅਰ ਤੋਂ ਤੁਹਾਨੂੰ ਇੱਕ ਗੱਲ ਦੱਸਦਾ, ਮੈਨੂੰ ਸ਼ੇਅਰ ਆਇਆ ਸੀ, ਤੁਸੀਂ ਬੋਲਿਆ ਸੀ ਸਰ, ਤੁਸੀਂ ਤਾਂ ਕਹਿੰਦੇ ਹੋ ਕੋਚ, ਸ਼ਾਇਰਾਨਾ ਅੰਦਾਜ਼ ਕਿੱਥੋਂ? ਬਸ ਕਦੇ ਕਦੇ ਕਾਲਜ ਟਾਈਮ ਤੋਂ ਹੀ। ਜੀ ਜੀ, ਵਾਹ 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 ਸਰ, ਹੋਸਟਲ ਦੇ ਖੱਬੇ ਨਲਕੇਰ ਦਾ ਮੂੰਹ ਆ ਤੁਹਾਡਾ, ਹੋਸਟਲ 'ਚ ਜਦੋਂ ਐਂਟਰ ਕਰਦੇ ਬਾਥਰੂਮ। ਚਲੋ ਸ਼ੇਅਰ ਸੁਣਾਓ ਸਰ। ਪਾਣੀ ਦੇ ਨਾਲ ਹੱਥਾਂ ਦੇ ਵਿੱਚ ਪਾਣੀ ਰੱਖ ਕੇ, ਆਹਾ, ਪਾਣੀ ਦੇ ਨਾਲ ਹੱਥਾਂ ਦੇ ਵਿੱਚ ਪਾਣੀ ਰੱਖ ਕੇ, ਵਾਹ ਵਾਹ ਵਾਹ, ਕੀ ਬਾਤ ਹੈ। ਹੁਣ ਤੁਹਾਨੂੰ ਬੜੇ ਧਿਆਨ ਨਾਲ ਸਮਝਾ ਸੁਣਾਉਣਾ ਪੈਣਾ, ਇਹ ਨਾ ਹੋਵੇ ਕਿ ਬਾਅਦ ਤੁਹਾਨੂੰ ਸ਼ਰਮ ਨਾਲ ਪਾਣੀ ਹੋਣਾ ਪਵੇ। ਪਾਣੀ ਸੋ ਆਓ, ਇੱਕ ਵਾਰੀ ਆਪਾਂ ਰਿਪਲਾਈ ਕਰ ਦਈਏ ਜੀ। ਰਿਪਲਾਈ ਨਹੀਂ ਪੁੱਤਰ, ਰਿਪੀਟ ਹੁੰਦਾ ਓਏ ਯਾਰ, ਰਿਪੀਟ ਹੁੰਦਾ ਓਏ, ਕਿਉਂ ਨਹੀਂ ਸਮਝ ਆਉਂਦੀ ਤੈਨੂੰ? ਉਹੀ ਕਰ, ਮੈਂ ਪੁੱਤਰ ਤੇਰੇ ਤੇ ਹੱਥ ਹੀ ਚੁੱਕਣੇ ਹੀ, ਮੈਨੂੰ ਦਰਸ਼ਕਾਂ ਦੀ ਗੱਲ ਯਾਦ ਆ ਜਾਂਦੀ। ਸੁਣ ਲਓ ਯਾਰ, ਨਹੀਂ ਮੈਂ ਗੋਲ ਕਰ ਦੇਣਾ। ਵਾਹ ਜੀ ਵਾਹ, ਸੁਣਾਓ। ਪਾਣੀ ਦੇ ਵਿੱਚ ਹੱਥਾਂ ਦੇ ਵਿੱਚ ਪਾਣੀ ਰੱਖ ਕੇ ਤਾਰ ਦੇਵਾਂਗੇ। ਵਾਹ, ਪਾਣੀ ਦੇ ਵਿੱਚ ਹੱਥਾਂ ਦੇ ਵਿੱਚ ਪਾਣੀ ਰੱਖ ਕੇ ਤਾਰ ਕਿੱਦਾਂ ਲਾਉਂਗੇ? ਤਾਰ ਤਾਂ ਲੰਬੀ ਹੁੰਦੀ। ਨਹੀਂ ਨਹੀਂ ਨਹੀਂ, ਤਾਰ ਦੇਵਾਂਗੇ। ਤਾਰ ਦੇਵਾਂਗੇ? ਅੱਛਾ, ਤਾਰ ਦੇਵਾਂਗੇ, ਰੋਡ ਦੇਵਾਂਗੇ, ਪਾਣੀ ਬੁੱਕ ਤੇ ਪਾਓ, ਤਾਰ ਦੇਵਾਂਗੇ। ਅੱਛਾ, ਪਾਣੀ ਦੇ ਵਿੱਚ ਹੱਥਾਂ ਦੇ ਵਿੱਚ ਪਾਣੀ ਪਾ ਕੇ ਪਾਣੀ ਤਾਰ ਦੇਵਾਂਗੇ। ਤਾਰ ਦੇਵਾਂਗੇ, ਜੇ ਮੱਛਰ ਮੇਰੀ ਬਾਹ ਤੇ ਬੈਠਾ ਤਾੜੀ ਦੇ ਨਾਲ ਮਾਰ ਦੇਵਾਂਗੇ। ਵਾਹ 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 ਸਰ, ਮੈਂ ਫੋਨ ਚੁੱਕਣਾ ਸੀ। ਹੈਲੋ, ਉਹ ਨਹੀਂ ਨਹੀਂ ਨਹੀਂ, ਤੁਹਾਡਾ ਨਹੀਂ ਸੱਚ, ਇੱਕ ਮਿੰਟ ਤੁਸੀਂ ਹੋਲਡ ਕਰੋ, ਇਹਨਾਂ ਨਾਲ ਗੱਲ ਹੋ ਗਈ। ਲਾਈਨ 'ਚ ਬੜੇ ਲੱਗੇ ਆ ਜੀ। ਹੈ ਕੁਛ ਨਹੀਂ, ਲਾਈਨ 'ਚ ਕਾਲਰ ਬੜੇ ਲੱਗੇ ਆ, ਤੇ ਫਿਰ ਗੱਲ ਕਿਉਂ ਨਹੀਂ ਮੁਕਾਂਦਾ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਅੱਛਾ, ਜਦੋਂ ਤੁਸੀਂ ਕਿੰਨੇ ਵੀ ਸਾਨੂੰ ਫੋਨ ਲਾਉਂਦੇ ਆ, ਟੀਵੀ ਦੀ ਆਵਾਜ਼ ਬੰਦ ਕਰ ਦਿਆ ਕਰੋ। ਮੈਂ ਬੰਦ ਕਰਕੇ ਕਿੰਨਾ ਚਿਰ ਬੈਠਾ ਰਿਹਾ, ਅੱਧਾ ਪ੍ਰੋਗਰਾਮ ਲੰਘ ਗਿਆ, ਕੱਲ ਦੀ ਸਾਂਝ ਲੱਗੀ, ਤੇ ਗੱਲਾਂ ਕੀ ਕਰਦੇ ਆ ਜਨਾਬ? ਆਵਾਜ਼ ਉਦੋਂ ਘੱਟ ਕਰਨੀ ਜਦੋਂ ਤੁਹਾਡਾ ਫੋਨ ਚੱਕਿਆ ਜਾਵੇ, ਤੁਸੀਂ ਪਹਿਲੇ ਬੰਦ ਕਰ ਬੈਠੇ। ਨਹੀਂ, ਮੇਰਾ ਤਾਂ ਕਿੰਨੇ ਚਿਰ ਦਾ ਚੱਕਿਆ, ਬ੍ਰੇਕ ਜਦੋਂ ਲਈ ਸੀ ਉਦੋਂ ਦਾ ਚੱਕਿਆ ਵਾ, ਤੇ ਮੈਂ ਤਾਂ ਨਹੀਂ ਨਹੀਂ, ਬ੍ਰੇਕ ਵਾਲੀਆਂ ਗੱਲਾਂ ਥੋੜੀ ਤੁਹਾਨੂੰ ਦੱਸਣੀਆਂ ਹੁਣ, ਉਹ ਚ ਭਾਵੇਂ ਅਸੀਂ ਥੋੜੀ ਸਕ੍ਰਿਪਟ ਪੜ੍ਹਨੀ ਹੋਵੇ। ਸਿੱਧੂ ਸਾਹਿਬ, ਕੀ ਹਾਲ ਚਾਲ ਨੇ? ਮੈਂ ਆ ਠੀਕ ਹੈ, ਮੇਰਾ ਵੀ ਠੀਕ ਹੈ, ਚੜ੍ਹਦੀ ਕਲਾ ਚੜ੍ਹਦੀ ਕਲਾ। ਵਾਹ ਜੀ ਵਾਹ, ਮੈਂ ਪਛਾਣ ਲਿਆ ਦੇਨੇ ਸਿੱਧੂ ਸਾਹਿਬ ਤੁਹਾਡੇ ਨਾਲ, ਤੇ ਤੁਹਾਨੂੰ ਪਤਾ ਸਾਡਾ ਵੈਸੇ ਹੀ ਬਹੁਤ ਜ਼ਿਆਦਾ ਪਿਆਰ ਹੈ, ਤੇ ਐਸੀ ਕੋਈ ਗੱਲ ਨਹੀਂ। ਤੁਸੀਂ ਆਵਾਜ਼, ਤੁਸੀਂ ਕੀ ਕਰਨਾ, ਜਦੋਂ ਫੋਨ ਮਿਲਾਉਣਾ ਨਾ, ਜਦੋਂ ਫੋਨ ਚੁੱਕਿਆ ਗਾ ਉਦੋਂ ਰਿਮੋਟ ਆਪਣੇ ਹੱਥ 'ਚ ਰੱਖਣਾ, ਇੱਧਰੋਂ ਹੈਲੋ ਕੀਤਾ, ਇੱਧਰੋਂ ਮਿਊਟ ਦਾ ਬਟਨ ਦੱਬਤਾ, ਗੱਲ ਖਤਮ, ਈਜ਼ੀ, ਸੋ ਈਜ਼ੀ। ਮੈਂ ਤੁਹਾਨੂੰ ਦੱਸਾਂ, ਕਈ ਵਾਰੀ ਇੱਦਾਂ ਹੋ ਜਾਂਦਾ ਵੀ ਫੋਨ ਲੱਗ ਜਾਂਦਾ, ਤਾਂ ਰਿਮੋਟ ਲਾ ਦੇ ਨੂੰ ਰਜਾਈ ਸਾਰੀ ਫੋਲਤੀ। ਵਾਹ ਜੀ ਵਾਹ, ਰਜਾਈ ਝਾੜੀ ਤੇ ਰਿਮੋਟ ਡੈਪੇ ਜਾ ਕੇ ਉਹ ਪਰੇ। ਵਾਹ ਜੀ ਵਾਹ, ਉਸ ਚੱਕਰ ਦੇ ਵਿੱਚ ਆਵਾਜ਼ ਵੱਧ ਗਈ। ਫਿਰ ਤੁਸੀਂ ਮੇਨ ਸਵਿੱਚ ਆਫ ਕਰਦੇ ਕਰੋ। ਹਾਂਜੀ ਹਾਂਜੀ, ਤੁਸੀਂ ਇਹ ਅੱਛੀ ਸਲਾਹ ਦਿੱਤੀ ਹੈ, ਇਹ ਅੱਛੀ ਸਲਾਹ, ਕਿਉਂਕਿ ਇਹ ਸਿਆਣੀ ਹੈ ਕੁੜੀ, ਇਹਨੂੰ ਪਤਾ ਮੇਨ ਸਵਿੱਚ ਆਫ ਕਰਨਗੇ ਤਾਂ ਹੀ ਤੇਰੀ ਸ਼ਕਲ ਦੇਖਣੀ ਬੰਦ ਹੋਏਗੀ, ਸਿਆਣਾ ਬਣੇ, ਅੱਛੀ ਗੱਲ, ਵੈਰੀ ਨਾਈਸ। ਹਾਂਜੀ ਹਾਂਜੀ ਸਿੱਧੂ ਸਾਹਿਬ, ਆਪਣੀ ਗੱਲ ਥੋੜੀ ਜਿਹੀ ਜਿਹੜੀ ਪਿੱਛੇ ਤੁਸੀਂ ਕਹੀ ਹੈ ਕਿ ਕਈ ਵਾਰੀ ਨੀਂਦ ਆਉਣ ਲੱਗ ਜਾਂਦੀ ਹੈ, ਇੱਥੇ ਮੈਂ ਥੋੜ੍ਹਾ ਕਨਫਿਊਜ਼ ਹਾਂ, ਇਹ ਸਾਡੀਆਂ ਗੱਲਾਂ ਸੁਣ ਕੇ ਆਉਣ ਲੱਗ ਜਾਂਦੀ ਹੈ ਜਾਂ ਵੈਸੇ ਆ ਰਹੀ ਹੁੰਦੀ ਹੈ? ਐ ਨਹੀਂ, ਜਦੋਂ ਉਹ ਤਾਂ ਥੱਕੇ ਹੋਏ ਦਾ ਕੰਮਾਂ ਤੋਂ। ਅੱਛਾ ਅੱਛਾ, ਮੈਨੂੰ ਤਾਂ ਕਹਿੰਦੇ ਕਈ ਵਾਰੀ ਤੁਹਾਡੀ ਗੱਲਾਂ ਸੁਣ ਕੇ ਨੀਂਦ ਆਉਣ ਲੱਗ ਜਾਂਦੀ ਹੈ। ਤੇ ਜੀ ਦਾ ਜੀ ਜਨਾਬ ਦੇਖ ਕੇ ਸੋਣਾ। ਵਾਹ ਜੀ ਵਾਹ, ਅੱਛਾ ਇਹ ਟਾਰਗੇਟ ਹੁੰਦਾ ਕਿ ਜੀ ਜਨਾਬ ਦੇਖ ਕੇ ਸੋਣਾ, ਇਦਾਂ ਨਹੀਂ ਸੋਣਾ। ਥਾਣੇਦਾਰ ਸਾਹਿਬ, ਮੈਨੂੰ ਇੱਕ ਗੱਲ ਆਈ ਆ, ਤੁਹਾਨੂੰ ਗੱਲ ਆਈ, ਬਾਹਰ ਕਰਕੇ ਆਇਆ, ਉੱਥੇ ਅੰਦਰ ਬਣਾਈ ਨਹੀਂ ਜਗ੍ਹਾ ਸੀ। ਅੱਗੇ 10 ਵਜੇ ਸੌਂਜੀਦਾ ਸੀ ਜਦੋਂ ਤੁਹਾਡਾ ਨਹੀਂ ਪ੍ਰੋਗਰਾਮ ਦੇਖਦੇ ਸੀ। ਹੱਦ 10:30 ਹੋ ਗਏ ਹੁਣ, 11 ਵਜੇ ਤੋਂ ਪ੍ਰੋਗਰਾਮ ਮੁੱਕਦਾ, 12 ਹੀ ਵੱਜ ਜਾਂਦੇ ਆ। ਕਰ ਕਰਾ ਕੇ ਫਿਰ ਸਮਾਨ ਸਾਂਭਿਆ ਹਨਾ, ਉਹ ਆਪਣਾ ਦੇ ਪਾਣੀ ਪੂਣੀ ਪੀਤਾ। ਮੈਂ ਡੀਜੇ, ਮੈਂ ਕਿਹੜਾ ਡੀਜੇ ਲਾਇਆ ਵਾ? ਹਾਂ, ਇਹ ਵੀ ਗੱਲ ਠੀਕ ਹੈ। ਕੀ ਕਹਿੰਦੇ, ਡੀਜ਼ਲ ਲਾਇਆ? ਮੈਂ ਕਹਿੰਦਾ ਡੀਜ਼ਲ ਲਾਇਆ। ਅੱਛਾ ਅੱਛਾ, ਹਾਂਜੀ ਹਾਂਜੀ, ਤੇ ਚਲੋ ਸਿੱਧੂ ਸਾਹਿਬ, ਬੜੀ ਖੁਸ਼ੀ ਹੈ ਜੀ, ਤੁਸੀਂ ਫਿਰ ਵੀ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਗੱਲ ਕਰਦੇ। ਰੋਜ਼ ਦੇਖੀ ਦਾ ਪ੍ਰੋਗਰਾਮ ਆਪਣੇ ਕੀ ਕਹਿੰਦੇ। ਸਿੱਧੂ ਸਾਹਿਬ, ਕੋਈ ਚੇਂਜਸ ਵੀ ਕਰਨੇ ਹੁੰਦੇ ਆ ਸ਼ੋਅ ਦੇ ਵਿੱਚ, ਜਾਂ ਕੋਈ ਤੁਹਾਡਾ ਸਲਾਹ ਮਸ਼ਵਰਾ ਹੋਵੇ, ਉਹ ਵੀ ਸਾਨੂੰ ਜ਼ਰੂਰ ਦਿਆ ਕਰੋ, ਪਰ ਦਿਆ ਸਾਡੇ ਪੇਜ ਤੇ ਕਰੋ। ਉਹ ਹੈ ਜੀ, ਸਾਡਾ ਪੇਜ ਬਣਿਆ ਹੋਇਆ ਜੀ ਜਨਾਬ ਦਾ ਪੇਜ, ਮੈਨੂੰ
ਮੈਂ ਆਨਾ ਸਰਚ ਬਹੁਤ ਕੀਤੀ ਹੈ ਲੱਭੀ ਨਹੀਂ ਤੁਸੀਂ। ਅੱਛਾ ਨਹੀਂ ਲੱਭਿਆ? ਉਹਦੇ ਚ ਬੋਲੋ ਜੀ, ਕਿਹਦੇ ਸਪੈਲਿੰਗ ਚ ਬੋਲ ਦੋ ਜੀ, ਸਪੈਲਿੰਗ ਚ। ਉਹ ਪੇਜ ਦੇ ਜਿਹੜੇ ਸਪੈਲਿੰਗ ਆ ਉਹ ਜੇ ਡਬਲ ਈ ਤੇ ਜਨਾਬ ਬਸ ਜੇ ਏ ਡਬਲ ਐਨ ਨਹੀਂ ਜੇ ਏ ਐਨ ਏ ਬੀ। ਹਾਂ ਸਿੰਪਲ ਜਿਹਾ ਤੁਸੀਂ ਭਰੋ ਤਾਂ ਲੱਭ ਜੇ ਫੇਸਬੁੱਕ ਤੇ। ਹਾਂਜੀ 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 ਹੋਰ ਸਾਨੂੰ ਕੁਛ ਆਉਂਦਾ ਹੀ ਨਹੀਂ ਚਲਾਣਾ। ਹੋਰ ਮੈਥ ਦੀ ਬੁੱਕ ਚ ਥੋੜੀ ਹੋਣਾ ਜੀ, ਇਹ ਫੇਸਬੁੱਕ ਤੇ ਹੀ ਆ, ਟੈਨਸ਼ਨ ਨਾ ਲਓ। ਜੂਣੇ ਨੂੰ ਆਉਂਦਾ ਇਹ ਜੋਣਾ ਛੋਟੇ ਹੁੰਦੇ ਖੋਤੀ ਰੇੜੀ ਚਲਾਉਂਦਾ ਹੁੰਦਾ ਸੀ। ਨਹੀਂ ਸਾਈਕਲ ਆਉਂਦਾ ਕੈਂਚੀ ਨਾ, ਮੈਂ ਦੁਨੀਆ ਨੂੰ ਚਲਾਉਣਾ ਜੀ। ਕੀ ਚਲਾਉਣਾ ਮਤਲਬ ਉਹਦਾ? ਨਹੀਂ ਇਹ ਘਰੇ ਇੱਕ ਦਿਨ ਗਲੋਬ ਲਾਇਆ ਉਹਨੂੰ ਘੁਮਾਉਂਦਾ ਰਹਿੰਦਾ, ਕਹਿੰਦਾ ਮੈਂ ਦੁਨੀਆ ਘੁਮਾਈ ਹੈ। ਲਓ ਜੀ ਕੈਸੀ ਗੱਲ? ਹਾਂਜੀ ਹਾਂਜੀ ਉਹ ਬਿਲਕੁਲ 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 ਇਹ ਤੁਸੀਂ ਆਪਣੇ ਟੇਬਲ ਤੇ ਨਹੀਂ ਰੱਖਿਆ ਆਪਣੇ ਗਲੋਬ? ਮੈਂ ਬਸ ਠੀਕ ਕਰਾ ਲੈ ਦਿੱਤਾ, ਉਹ ਦੋ ਤਿੰਨ ਦੇਸ਼ ਖਰਾਬ ਹੋ ਗਏ ਸੀ। ਚਲੋ ਠੀਕ ਹੈ ਜੀ, ਥੈਂਕ ਯੂ ਸੋ ਮਚ। ਮਤਲਬ ਤੁਸੀਂ ਕਿਸੇ ਵੀ ਨਾਕੇ ਤੋਂ ਜਾਂ ਮੈਂ ਕਿਸੇ ਨੂੰ ਫੋਨ ਕਰਾ ਦਾਂਗਾ, ਇਹ ਨਾ ਕਰਿਓ ਕਿਉਂਕਿ ਉਦੋਂ ਮੈਂ ਆਪ ਕਿਸੇ ਨੂੰ ਕਰਾਉਣਾ ਹੁੰਦਾ ਫੋਨ। ਨਾ ਨਾ ਇਹ ਨਾ ਹੁਣ ਗੱਲ ਤੁਸੀਂ ਆਖੋ, ਹੁਣ ਸਾਲ ਹੋ ਗਿਆ ਸਾਨੂੰ ਭਰਾ ਭਰਾ ਕਹਿੰਦੇ ਨੇ, ਹੁਣ ਲੋੜ ਪਈ ਤੇ ਤੁਸੀਂ ਕਿਹਾ ਫੋਨ ਹੀ ਨਾ ਚੱਕੋ। ਨਹੀਂ 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 ਦੇਖੋ ਵੀ ਭਰਾ ਜਿਹੜਾ ਮੈਂ ਉਦਾਂ ਮੈਂ ਪਰਸਨਲੀ ਭਰਾ ਹੋ ਸਕਦਾ, ਮੈਂ ਪ੍ਰੋਫੈਸ਼ਨਲ ਦੇ ਵਿੱਚ। ਕੱਲ੍ਹ ਨੂੰ ਤੁਸੀਂ ਕਹੋ ਜੀ ਉੱਥੇ ਮੈਂ ਗੱਡੀ ਦਾ ਚਲਾਨ ਹੋ ਗਿਆ, ਮੈਂ ਆਪਣੇ ਭਰਾ ਨੂੰ ਫੋਨ ਕਰਦਾ ਇੰਸਪੈਕਟਰ ਪਾਲੀ ਨੂੰ, ਤੇ ਫਿਰ ਮੈਂ ਉੱਥੇ ਮਦਦ ਨਹੀਂ ਕਰ ਸਕਦਾ ਕਿਉਂਕਿ ਮੈਂ ਤਾਂ ਆਪ 400 ਦੇ ਕੇ ਛੁੱਟਿਆ ਪਰਸੋਂ। ਰੱਖ ਲੈਂਦੇ ਕਈ ਵਾਰੀ ਆਰਸੀ ਪਈ ਹੋਣੀ ਚਾਹੀਦੀ ਆ ਅੱਧੀ ਕੁ ਗੱਡੀ ਚ। ਚਲੋ ਠੀਕ ਹੈ, ਹੋਰ ਸਾਬੀ ਸਾਹਿਬ ਸੁਣਾਓ ਸੇਤਾਂ ਦਾ ਕੀ ਹਾਲ ਚਾਲ ਹੈ, ਮੌਸਮ ਕਿੱਦਾਂ ਦਾ ਉੱਥੇ? ਅੱਛਾ ਮੈਨੂੰ ਇੱਕ ਚੀਜ਼ ਦੱਸੋ, ਜੇ ਮਤਲਬ ਜਿਸ ਤਰ੍ਹਾਂ ਸਾਡੀ ਇਹ ਨਵੀਂ ਲਵ ਯੂ ਟੂ ਆਈ ਹੈ ਤੇ ਜੇ ਇਹਨੂੰ ਇਹਦੀ ਤਾਰੀਫ ਚ ਜੇ ਤੁਸੀਂ ਕੁਛ ਸਪੈਨਿਸ਼ ਕਹਿਣਾ ਹੋਵੇ ਤੇ ਕੀ ਕਹੋਗੇ? ਇਹਨਾਂ ਦਾ ਨਾਮ ਕੀ ਹੈ? ਲਵ ਯੂ ਟੂ, ਲਵ ਯੂ ਟੂ ਇਜ਼ ਲਵ ਯੂ ਟੂ ਇਜ਼ ਮੂਈ ਵਾਪਾ ਮੂਈ ਕ੍ਰੀਨੀਓਸਾ ਮੇਕਾਂਤਾ ਯੋ ਕਿਰੋ ਹਾਬਲਾ ਕੋਨ ਏਇਆ ਸੋਲਾ ਓ ਯੋ ਕਿਰੋ ਨਾ ਸੀਤਾ ਕੋਨ ਏਇਆ। ਆ ਗੱਲ ਮੈਂ ਕਹਿਣੀ ਸੀ, ਇਹਨਾਂ ਤੈਨੂੰ ਵੇਰ ਵਿੱਚ ਦੱਸਿਆ ਕਿ ਗੰਦੇ ਪਾਣੀ ਨਾਲ ਮੂੰਹ ਧੋ ਤੇਰੇ ਚਿਹਰੇ ਤੇ ਹੋਰ ਨਖਾਰ ਆਏਗਾ। ਲੱਗਦੀ ਪਾਪਾ ਹਾਂ ਪਰ ਖੂਬਸੂਰਤ ਹੈ ਜਾਪਾ। ਉਹਨਾਂ ਨੇ ਉਹ ਵਰਡ ਚੁੱਕ ਲਏ ਨਾ ਵਿੱਚੋਂ ਵਿੱਚੋਂ, ਬਾਕੀ ਜਿੰਨੀ ਗੱਲ ਸਮਝਾਈ ਓਨੀ ਉੱਥੇ ਰੱਖਤੀ, ਜਿਹੜਾ ਵਰਡ ਨਹੀਂ ਸਮਝਿਆ ਉਹ ਸੇਮ ਵਰਡ ਉੱਥੇ ਪਾਤਾ। ਤੁਸੀਂ ਉਹ ਜਾਪਾ ਉਹ ਤੁਸੀਂ ਉਹ ਕਾਪਾ ਉਹ ਸਿਆਪਾ ਕੋ ਸਭ ਹਜੇ ਤੱਕ ਮੈਂ ਇੱਜ਼ਤ ਕਰਨ ਡਿਆ, ਥੋੜਾ ਜਿਹਾ ਇਹ ਨਾ ਹੋਵੇ ਕਿ ਇਸੇ ਹਾਕੀ ਨੇ ਇੱਥੇ ਤੁਹਾਡੇ ਨਾਲ ਕੋਈ ਮੈਚ ਲੱਗ ਜਾਵੇ ਸਾਹਿਬ, ਗੋਲ ਨਾ ਕਰਨਾ ਪੈ ਜਾਵੇ ਮੈਨੂੰ, ਹੈਂ ਮੈਂ ਚੋਰਸ ਕਰ ਦੇਣਾ ਤੈਨੂੰ, ਤੈਨੂੰ ਪਤਾ ਵੀ ਨਹੀਂ ਫਿਰ ਤੁਹਾਡੀ ਉਮਰ ਦਾ ਲਿਹਾਜ਼ ਕਰ ਰਹੇ ਜਿਹੜਾ। ਹਾਂ ਨਹੀਂ ਉਮਰ ਦਾ ਕੀ ਹੈ, ਠੀਕ ਹੈ ਜੇ ਮੇਰੇ ਜਿਹੜੇ ਹਾਣੀ ਹੋਊਗਾ ਵੱਧ ਤੋਂ ਵੱਧ ਮੇਰਾ ਨਹੀਂ ਵੱਡਾ ਲੱਗਣ ਡਿਆ। ਹੁਣ ਮੈਂ ਗੱਲ ਕਰਨਾ ਸਰ,
ਕਰ ਲਓ ਜੀ ਮੈਂ ਕਹਿੰਦਾ ਉਹਨਾਂ ਨੇ ਮੇਰੇ ਬਾਰੇ ਕਿਹਾ ਨਾ ਕੁਛ ਸਾਬੀ ਸਾਹਿਬ ਨੇ ਅੱਛਾ ਸਾਬੀ ਸਾਹਿਬ ਨੇ ਕਰ ਸਾਬੀ ਸਾਹਿਬ ਮੈਂ ਵੀ ਤੁਹਾਨੂੰ ਕਹਿੰਦਾ ਹਾਂਜੀ ਲਵੀ ਤੁਸੀਂ ਬੋਲੋ ਮੈਂ ਕਹਿੰਦਾ ਚਾਹੁੰਦੀ ਹਾਂ ਖੋਰੀ ਕਿਨ ਮਿੱਤਾ ਦੇ ਮੁਜਕਚੇ ਉਦੁੱਤੇ ਸਬਗੂ ਸਬਗੂ ਲਓ ਜੀ ਸਾਰੇ ਬੰਦਿਆਂ ਨੂੰ ਕਹਿ ਦੋ ਕਹਿੰਦੇ ਮੇਰੇ ਵੱਲੋਂ ਪੁਰਤਗੀਸ਼ੀ ਬੋਲੀ ਉਹ ਨਹੀਂ ਤੇ ਮੈਨੂੰ ਜਿਹੜੀ ਆਉਂਦੀ ਮੈਂ ਤਾਂ ਉਹੀ ਬੋਲਾਂਗੀ ਵਾਹ ਜੀ ਵਾਹ ਸ਼ਕੀਸ਼ੀ ਨਹੀਂ ਆਉਂਦੀ ਤੈਨੂੰ ਸ਼ਕੀਸ਼ੀ ਮੈਂ ਉਹਦੇ ਵਿੱਚ ਇਹੀ ਕਿਹਾ ਕਿ ਜੇ ਮੈਨੂੰ ਪੰਗਾ ਲਓਗੇ ਜਾਦੂ ਟੋਨਾ ਕਰ ਦਿਆਂਗੀ ਵਾਹ ਜੀ ਵਾਹ ਜਾਦੂ ਟੋਨਾ ਕਰ ਦਿਆਂਗੀ